बीती रात जालंधर के गड्डा रोड पर काम से लौटकर घर जा रही लड़की से मोटरसाइकिल सवार ने उसका पर्स छीनकर भागने की कोशिश की, लेकिन थोड़ी ही दूर पर लोगों ने उसे काबू कर लिया। स्नैचर की तरफ से जब लड़की का पर्स खींचा गया तो लड़की रिक्शे से नीचे गिर गई और काफी बुरी तरह से जख्मी हो गई। लोगों ने स्नैचर का पीछा कर उसको थाना डिवीजन नंबर 7 की पुलिस के हवाले कर दिया। पुलिस के मुताबिक स्नैचर के खिलाफ पर्चा दर्ज कर लिया गया है और आगे की कार्यवाही शुरू कर दी गई है। ਤੇ ਥੋੜਾ ਜਿਹਾ ਅੱਗੇ ਆਈ, ਅੱਗੇ ਆ ਕੇ ਇੱਥੇ ਪੀਮਸ ਦੇ ਕੋਲ ਹੀ ਥੋੜਾ ਜਿਹਾ ਅੱਗੇ ਇੱਥੇ ਅੱਗੇ ਆ ਕੇ ਇੱਕ ਬਾਈਕ 'ਤੇ ਆਇਆ ਮੁੰਡਾ। ਉਹਨੇ ਮੇਰਾ ਜੋਰ ਦੀ ਪਰਸ ਖਿੱਚਿਆ, ਮੈਂ ਨੀਚੇ ਗਿਰ ਗਈ, ਮੇਰਾ ਸਿਰ ਪੂਰਾ ਘੁੰਮ ਗਿਆ, ਚੋਟ ਲੱਗੀ ਹੋਈ, ਮੇਰੇ ਕੰਨ 'ਚ ਬੰਦ ਆ ਰਿਹਾ, ਸਿਰ 'ਤੇ ਵੀ ਚੋਟ ਲੱਗੀ ਹੋਈ। ਉਸ ਤੋਂ ਬਾਅਦ ਅਸੀਂ ਇੱਥੇ ਪੀਮਸ ਹੋਸਪਿਟਲ 'ਚ ਆਏ। ਐਸਟੀਆ ਇਹਨਾਂ ਨੇ ਟ੍ਰੀਟਮੈਂਟ ਨਹੀਂ ਕੀਤਾ, ਇਹ ਕਹਿ ਰਹੇ ਸੀਗੇ ਕਿ ਥੋੜ੍ਹਾ ਟਾਈਮ ਲੱਗੇਗਾ, ਬਾਹਰ ਵੇਟ ਕਰੋ, ਪਰ ਮੈਨੂੰ ਚੱਕਰ ਆ ਗਿਆ। ਉਸ ਤੋਂ ਬਾਅਦ ਫਿਰ ਮੇਰੇ ਨਾਲ ਇੱਕ ਮੁੰਡਾ ਸੀ, ਉਹਨੂੰ ਪੀਮਸ ਹੋਸਪਿਟਲ ਲੈ ਗਿਆ। ਉਹਨਾਂ ਨੇ ਕਿਹਾ ਸਾਡੇ ਕੋਲ ਸਿਟੀ ਸਕੈਨ ਨਹੀਂ ਆ, ਫਿਰ ਉਹ ਇੱਥੇ ਲੈ ਕੇ ਹੁਣ ਇਹਨਾਂ ਨੇ ਮੇਰੇ ਪੱਟੀ ਕੀਤੀ। ਕਮ ਸੇ ਕਮ ਅੱਧਾ ਪੌਣਾ ਘੰਟਾ ਆ ਗਿਆ, ਜ਼ਿਆਦਾ ਟਾਈਮ। ਹਾਂਜੀ, ਅੱਜ ਇਤਲਾਹ ਮਿਲੀ ਸੀਗੀ ਕਿ ਇਸ ਤਰ੍ਹਾਂ SGL ਦੇ ਨਜ਼ਦੀਕ ਇੱਕ ਵਿਅਕਤੀ ਨੇ ਇੱਕ ਲੜਕੀ ਦਾ ਪਰਸ ਖੋਇਆ ਆ। ਉਹ ਰਿਕਸ਼ੇ 'ਤੇ ਆ ਰਹੀ ਸੀ ਆਪਣੇ ਘਰ ਨੂੰ, ਅਤੇ ਮੌਕੇ 'ਤੇ ਪਹੁੰਚੇ ਹਾਂ। ਪਹੁੰਚ ਕੇ ਅਸੀਂ ਉਸ ਲੜਕੀ ਦੀ ਸਟੇਟਮੈਂਟ ਲਈ ਆ। ਉਸ ਲੜਕੀ ਦਾ ਨਾਂ ਹੈ ਸਵਿਤਾ ਕੁਮਾਰੀ, ਪੁੱਤਰੀ ਬਖਸ਼ੀਸ਼ ਲਾਲ, ਵਾਸੀ ਫੱਗੂ ਮਹੱਲਾ ਗੜਾ। ਇਹਦੀ ਸਟੇਟਮੈਂਟ 'ਤੇ ਜਿਹੜਾ ਅਕਿਊਜ਼ ਆ ਉਹਦਾ ਨਾਂ ਬਾਰੇ ਪਤਾ ਲੱਗਾ ਆ, ਕੁਲਵਿੰਦਰ ਸਿੰਘ ਉਰਫ ਰਿੱਕੀ, ਪੁੱਤਰ ਪ੍ਰੇਮ ਸਿੰਘ, ਵਾਸੀ ਅਠੌਲਾ, ਥਾਣਾ ਲਾਂਬੜੇ ਦਾ ਆ। ਇਹਨੂੰ ਮੌਕਾ 'ਤੇ ਹੀ ਪਬਲਿਕ ਦੀ ਸਹਾਇਤਾ ਨਾਲ ਕਾਬੂ ਕਰ ਲਿਆ ਆ, ਅਤੇ ਇਹਦੇ ਵੱਲੋਂ ਖੋਇਆ ਲੜਕੀ ਦਾ ਪਰਸ, ਜਿਹਦੇ ਵਿੱਚ ਉਹਦਾ ਮੋਬਾਈਲ ਫੋਨ ਸੀ, ਉਹਦੇ ID ਕਾਰਡ ਸੀ ਅਤੇ ਹੋਰ ਕੋਈ ਥੋੜ੍ਹਾ ਬੜਾ ਸਮਾਨ ਸੀਗਾ, ਉਹ ਅਸੀਂ ਮੌਕੇ 'ਤੇ ਕਾਬੂ ਕਰ ਲਿਆ ਆ। ਅਤੇ ਲੜਕੀ ਦੀ ਬਿਆਨਾਂ ਦੇ ਉੱਤੇ ਖੋਹ ਦਾ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਜਾਰੀ ਆ। ਇਹਨੂੰ ਕੱਲ੍ਹ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ, ਹੋਰ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾਏਗੀ। ਅਤੇ ਸਰ, ਇਹਦੇ ਉੱਤੇ ਕੋਈ ਪਹਿਲੇ ਵੀ ਮੁਕੱਦਮੇ ਦਰਜ ਹੈ? ਇਹਦੇ ਬਾਰੇ ਫਿਰ ਵੈਰੀਫਾਈ ਕਰ ਰਹੇ ਹਾਂ, ਇਹਦਾ ਸਾਬਕਾ ਰਿਕਾਰਡ ਅਸੀਂ ਵੈਰੀਫਾਈ ਕਰਾਂਗੇ। ਵੈਰੀਫਾਈ ਕਰਕੇ ਫਿਰ ਉਹਦੇ ਮੁਤਾਬਕ ਹੋਰ ਵੀ ਕਾਰਵਾਈ ਹੋਊਗੀ। ਹੋ ਸਕਦਾ ਇਹਨੇ ਹੋਰ ਵੀ ਕਿਤੇ ਵਾਰਦਾਤਾਂ ਕੀਤੀਆਂ ਹੋਣਗੀਆਂ, ਸ਼ਹਿਰ ਵਿੱਚ ਬਹੁਤ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਆ, ਹੋ ਸਕਦਾ ਉਹਨਾਂ ਬਾਰੇ ਵੀ ਕੋਈ ਸੁਰਾਗ ਲੱਗ ਜਾਵੇ।